ਅੰਗਰੇਜ਼ਾਂ ਦੀ ਮੁਕਬਰੀ ਕਰਨ ਵਾਲਾ ਜਰਨਲ ਡਾਇਰ ਨੂੰ ਸਰੋਪਾ ਪਾ ਕੇ ਠੰਡਾ ਕਰਨ ਵਾਲਾ ਵੀਰੋ ਇੱਥੇ ਵੀ ਤੁਹਾਡੀ ਗਲਤਫਹਿਮੀ ਦੂਰ ਕਰ ਦਵਾਂ ਇਹ ਲੋਕ ਅੰਗਰੇਜ਼ਾਂ ਨੂੰ ਸਰੋਪਾ ਪਾ ਕੇ ਨਹੀਂ ਠੰਡਾ ਕਰ ਸਕਦੇ ਅੰਗਰੇਜ਼ਾਂ ਦੇ ਅੱਗੇ ਕੋਡੇ ਹੋਏ ਹੋਣਗੇ ਅੰਗਰੇਜ਼ ਤਾਂ ਠੰਡੇ ਹੋਏ ਹੋਣਗੇ ਕਿਉਂਕਿ ਅੰਗਰੇਜ਼ ਸ਼ੌਕੀਨ ਆ ਇਦਾਂ ਦੇ ਲੋਕਾਂ ਦੇ ਅੰਗਰੇਜ਼ ਸਰੋਪੇ ਨਾਲ ਠੰਡੇ ਹੋ ਗਏ ਹੋਣਗੇ ਇੱਕ ਖਚਰਾ ਬੰਦਾ ਕਹਿੰਦਾ ਮੇਰੇ ਨਾਨੇ ਨੇ ਅੰਗਰੇਜ਼ ਨੂੰ ਠੰਡਾ ਕੀਤਾ ਸੀਗਾ ਸਰੋਪਾ ਪਾ ਕੇ ਓਏ ਮੁਰਖਾ ਸਰੋਪਾ ਪਾ ਕੇ ਨਹੀਂ ਠੰਡੇ ਹੁੰਦੇ ਅੰਗਰੇਜ਼ ਅੰਗਰੇਜ਼ ਦੇ ਅੱਗੇ ਕੋਡਾ ਹੋਇਆ ਹੋਊਗਾ ਤਾਂ ਠੰਡਾ ਹੋਇਆ ਹੋਣਾ ਹੋਣਾ ਆ ਸ਼ਬਦ ਬੋਲਣ ਦਾ ਜਿਗਰਾ ਹੈ ਪੰਜਾਬ ਚ ਕਿਸੇ ਹੋਰ ਸੂਰਮੇ ਚ ਮੈਂ ਬੋਲਦਾ ਹੈ ਕਿਸੇ ਚ ਹੋਰ ਚ ਹਿੰਮਤ ਐਵੇਂ ਖੁਰਕ ਖਾਧੀਆਂ ਲੰਡੀਆਂ ਕੁੱਤੀਆਂ ਭਗੌੜਿਆਂ ਦੇ ਵਾਰਸ ਤਨਖਾਹ ਮੰਗਣ ਵਾਲਿਆਂ ਦੇ ਵਾਰਸ ਗੁਰੂ ਸਾਹਿਬ ਤੋਂ ਤਨਖਾਹ ਮੰਗਣ ਵਾਲਿਆਂ ਦੇ ਵਾਰਸ ਗੁਰੂ ਸਾਹਿਬ ਦੀ ਮੁਖਬਲੀ ਕਰਨ ਵਾਲਾ ਚਮਕੌਰਾ ਗੱਦਾਰ ਜੱਟ ਦੇ ਵਾਰਸ ਗੁਰੂ ਸਾਹਿਬ ਦੇ ਅੱਗੇ ਗੋਲੀ ਪਰਖਣ ਵੇਲੇ ਥਿਰਕਣ ਵਾਲੇ ਡੱਲੇ ਜੱਟ ਦੇ ਵਾਰਸ ਘੜਮ ਚੌਧਰੀਆਂ ਦੇ ਵਾਰਸ ਗੱਦਾਰੀਆਂ ਨਾਲ ਤੁਹਾਡਾ ਇਤਿਹਾਸ ਭਰਿਆ ਪਿਆ ਤੁਹਾਡੇ ਇਤਿਹਾਸ ਦੇ ਵਿੱਚ ਤੁਹਾਡਾ ਕੋਈ ਯੋਗਦਾਨ ਨਹੀਂ ਹੈ ਸਿੱਖਾਂ ਦੇ ਇਤਿਹਾਸ ਦੇ ਵਿੱਚ ਇਸ ਕਰਕੇ ਤੁਸੀਂ ਪਿੰਡਰਾਂ ਵਾਲੇ ਨੂੰ ਬਰਾੜ ਜੱਟ ਨੂੰ ਤੁਸੀਂ ਪੰਜਾਬ ਚ ਪ੍ਰਚਾਰ ਕੇ ਬੱਸਾਂ ਚ ਫੋਟੋਆਂ ਲਵਾ ਕੇ ਹਰ ਪਾਸੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਡਾ ਦਰਜਾ ਉਹਨੂੰ ਦੇਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਆਉਣ ਵਾਲੀਆਂ ਸਦੀਆਂ ਦੇ ਵਿੱਚ ਦਿਖਾਉਣਾ ਚਾਹੁੰਦੇ ਹੋ ਵੀ ਜੱਟਾਂ ਦੀਆਂ ਆਹ ਕੁਰਬਾਨੀਆਂ ਸੀਗੀਆਂ ਕੋਈ ਕੁਰਬਾਨੀ ਨਹੀਂ ਸੀ ਅਗਰ ਮੇਰੇ ਤੇ ਕਦੀ ਕੋਈ ਭੀੜ ਪਈ ਮੈਂ ਕਦੀ ਗੁਰੂ ਘਰ ਚ ਨਹੀਂ ਲੁਕੂੰਗਾ ਉਹਨੇ ਗੁਰੂ ਘਰ ਚ ਲੁਕ ਕੇ ਹਜ਼ਾਰਾਂ ਬੇਦੋਸ਼ੀ ਸੰਗਤ ਮਰਵਾਈ ਸੀ ਬਰਾੜ ਜੱਟ ਨੇ ਹਜ਼ਾਰਾਂ ਬੇਦੋਸ਼ੀ ਸੰਗਤ ਮਰਵਾਈ ਸੀ ਪੰਜਾਬੀਓ ਤੁਸੀਂ ਦੱਸੋ ਕਿਆ ਤੁਸੀਂ ਆਪਣੀ ਜਾਨ ਬਚਾਉਣ ਦੇ ਲਈ ਕਿਸੇ ਗੁਰੂ ਘਰ ਦੇ ਵਿੱਚ ਲੁਕ ਕੇ ਹਜ਼ਾਰਾਂ ਸੰਗਤ ਨੂੰ ਮਰਵਾਓਗੇ ਅਸਲੀ ਸੂਰਮੇ ਜਿਹੜੇ ਹੁੰਦੇ ਆ ਚਮਕੌਰੇ ਜੱਟ ਗੱਦਾਰ ਦੀ ਕੱਚੀ ਗੜੀ ਦੇ ਵਿੱਚ ਲੜਨ ਵਾਲੇ 10 ਲੱਖ ਮੁਗਲਾਂ ਨਾਲ ਮੱਥਾ ਲੈਣ ਵਾਲੇ ਉਹਨਾਂ ਨੇ ਕਿਸੇ ਗੁਰੂ ਧਾਮ ਨੂੰ ਢਾਲ ਨਹੀਂ ਬਣਾਇਆ ਲੇਕਿਨ ਇਹ ਲੋਕ ਜਦੋਂ ਲੋਕਾਂ ਤੇ ਜ਼ੁਲਮ ਕਰਦੇ ਆ ਉਦੋਂ ਮੁੱਛਾਂ ਨੂੰ ਵੱਟ ਦੇ ਕੇ ਕਹਿੰਦੇ ਅਸੀਂ ਜੱਟ ਹੁੰਦੇ ਹਾਂ ਜੱਟ ਘੜਮ ਚੌਧਰੀਆਂ ਨੂੰ ਮੈਂ ਕਹਿੰਦਾ ਚੰਗੀ ਸੋਚ ਵਾਲਿਆਂ ਨੂੰ ਮੈਂ ਕਿਸਾਨ ਕਹਿੰਦਾ ਜਾਂ ਸਿੱਖ ਕਹਿੰਦਾ ਉਹ ਆਪਣੇ ਤੇ ਗੱਲ ਨਾ ਲੈ ਜਾ ਕਰਨ ਸੱਚ ਮੈਂ ਬੋਲਣਾ ਬੋਲਦੇ ਰਹਿਣਾ ਤੁਸੀਂ ਗੁੱਸਾ ਨਾ ਕਰਿਆ ਕਰੋ ਜੇ ਗੁੱਸਾ ਕਰਦੇ ਹੋ ਤੇ ਫਿਰ ਤੁਸੀਂ ਮਾਰਿਆਂ ਦਾ ਵਿਰੋਧ ਕਿਉਂ ਨਹੀਂ ਕਰਦੇ ਕਿਉਂਕਿ ਜੇ ਇਸ ਸ਼ਬਦ ਦੀ ਵਜ੍ਹਾ ਕਰਕੇ ਤੁਹਾਨੂੰ ਵੀ ਲੱਗਦਾ ਵੀ ਤੁਹਾਡੀ ਬਦਨਾਮੀ ਹੁੰਦੀ ਆ ਫਿਰ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਜੇ ਤੁਹਾਨੂੰ ਮੇਰੀਆਂ ਗੱਲਾਂ ਤੋਂ ਤਕਲੀਫ ਹੁੰਦੀ ਆ ਚੰਗੀ ਸੋਚ ਵਾਲਿਆਂ ਨੂੰ ਮੈਂ ਜੱਟ ਨਹੀਂ ਕਹੂੰਗਾ ਕਿਸਾਨ ਜਾਂ ਸਿੱਖ ਕਹੂੰਗਾ ਤੁਸੀਂ ਵਿਰੋਧ ਕਰੋ ਜ਼ੁਲਮ ਕਰਨ ਵਾਲਿਆਂ ਦਾ ਵਿਰੋਧ ਕਰੋ ਧੀਆਂ ਦੀ ਪੱਠਿਆਂ ਦੀ ਪੰਡ ਬਦਲੇ ਜਦੋਂ ਬਲਾਤਕਾਰ ਹੁੰਦੇ ਆ ਤੁਹਾਡੇ ਮੂੰਹ ਦੇ ਵਿੱਚ ਉਦੋਂ ਕੀ ਪੈ ਜਾਂਦਾ ਘੁੰਗਣੀਆਂ ਪਾਈਆਂ ਪਾ ਕੇ ਬਹਿੰਦੇ ਹੋ ਤੁਸੀਂ ਚੁੱਪ ਰਹਿ ਕੇ ਮਾੜਿਆਂ ਦਾ ਉਹਨਾਂ ਦਾ ਸਮਰਥਨ ਕਰਦੇ ਹੋ ਇਸ ਕਰਕੇ ਚੰਗੀ ਸੋਚ ਵਾਲੇ ਸਾਡੇ ਭਰਾ ਨੇ ਮਾੜੀ ਸੋਚ ਵਾਲੇ ਘੜਮ ਚੌਧਰੀ ਜਿਹੜੇ ਨੇ ਉਹਨਾਂ ਦੀ ਧੌਣ ਚੋਂ ਕਿੱਲਾ ਕੱਢਦਾ ਮੈਂ।